आप देख रहे हैं आपका अपना सिटी चैनल। Bye.
Sahajan Nirvana
Yeah.
Oh.
I'm gonna make it.
Thank you.
Thank you.
Stop.
ਸਾਹਿਬ ਪ੍ਰਵਾਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦੇ ਆਗਮਨ ਗੁਰੂ ਦੀਆਂ ਲੱਖ ਲੱਖ ਵਧਾਈਆਂ। ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਦਾਰ ਸਤਨਾਮ ਸਿੰਘ ਜੀ, ਸਮੁੱਚੀ ਸਾਧ ਸੰਗਤ ਅਰਦਾਸ ਤਹਿ ਦਿਲ ਤੋਂ ਧੰਨਵਾਦ ਕਰਦੇ ਨੇ, ਜਿਨ੍ਹਾਂ ਨੇ ਬੜਾ ਮਾਣ ਬਖਸ਼ਿਸ਼ ਕਰਕੇ ਸੰਗਤਾਂ ਦੇ ਦਰਸ਼ਨ ਕਰਵਾਏ ਨੇ। ਸਮੁੱਚੀ ਸਾਧ ਸੰਗਤ ਦਾ ਧੰਨਵਾਦ, ਕੋਟਾਨ ਕੋਟ ਧੰਨਵਾਦ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਦੀ ਪਾਵਨ ਪਵਿੱਤਰ ਗੁਰਮੁਖ ਸਿੱਖ ਕਰਕੇ ਆਪਾਂ ਨੂੰ ਸਾਰਿਆਂ ਨੂੰ ਕੀਰਤਨ ਕਰਨ ਦਾ ਸਰਵਧਰਮ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ, ਬਹੁਤ ਬਹੁਤ ਧੰਨਵਾਦ। ਸੋ ਆਓ ਹੁਣ ਪ੍ਰੋਗਰਾਮ ਨਾਲ ਸਮਾਪਤੀ ਕਰਦੇ ਹਾਂ, ਉਸ ਤੋਂ ਬਾਅਦ ਪ੍ਰਧਾਨ ਜੀ ਦੋ ਮਿੰਟ ਵਾਸਤੇ ਆਓ ਸੰਗਤਾਂ ਦੇ ਦਰਸ਼ਨ ਕਰਕੇ ਸਮਾਪਤ ਕਰਨ। ਪਰਮ ਸਤਿਕਾਰਯੋਗ ਚਵਰਤਕ ਦੇ ਮਾਲਕ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਜੁੜ ਬੈਠੀ ਗੁਰੂ ਰੂਪ ਸਾਧ ਸੰਗਤ ਜੀ ਹੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੱਡੇ ਭਾਗਾਂ ਵਾਲੇ ਹੋ ਰਹਿ ਪ੍ਰਗਟਿਓ ਮਰ ਅਗੰਬੜਾ ਵਰਿਆਮ ਅਕੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਉਸ ਮਹਾਨ ਸ਼ਖਸੀਅਤ ਮਹਾਨ ਯੋਧਾ ਰਾਜਨ ਕੇ ਰਾਜਾ ਮਹਾਨ ਤਪਸਵੀ ਸਰਬੰਸਦਾਨੀ ਅੰਮ੍ਰਿਤ ਕੇ ਦਾਤੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਅਤੇ ਭਾਵਨਾ ਦੇ ਨਾਲ ਮਨਾ ਰਹੀਆਂ ਹੋ। ਆਪ ਸਾਰੀਆਂ ਸੰਗਤਾਂ ਦਾ ਜਿੱਥੇ ਧੰਨਵਾਦ ਹੈ, ਆਪ ਜੀ ਦਾ ਜਿਹੜਾ ਸਹਿਯੋਗ ਹੁੰਦਾ ਹੈ ਪ੍ਰਬੰਧਕਾਂ ਨਾਲ, ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਅੱਜ ਸਾਡੇ ਵਿੱਚ ਬਹੁਤ ਹੀ ਉੱਚ ਕੋਟੀ ਦੇ ਰਾਗੀ ਭਾਈ ਸਾਹਿਬ ਭਾਈ ਜਸਪਾਲ ਸਿੰਘ ਜੀ ਜਲੰਧਰ ਵਾਲੇ, ਜਿਹੜੇ ਕਿ ਬਹੁਤ ਹੀ ਰਸਬੀਨਾ ਕੀਰਤਨ ਕਰਦੇ ਹਨ, ਇਹਨਾਂ ਨੇ ਸਾਡਾ ਜਿਹੜਾ ਅਸੀਂ ਜਿਹੜੀ ਇਹਨਾਂ ਨੂੰ ਬੇਨਤੀ ਕੀਤੀ ਸੀ, ਹਾਲਾਂਕਿ ਇਹ ਕਿਤੇ ਬਿਜ਼ੀ ਸੀ, ਉਸ ਤੋਂ ਬਾਅਦ ਵੀ ਇਹਨਾਂ ਨੇ ਇੱਥੇ ਦੀ ਸੰਗਤ ਵਾਸਤੇ ਸਮਾਂ ਕੱਢਿਆ। ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ, ਕਿਉਂਕਿ ਇੱਕ ਵਾਰ ਪਹਿਲੇ ਵੀ ਆ ਚੁੱਕੇ ਹਨ, ਅੱਗੇ ਵੀ ਅਸੀਂ ਇਹਨਾਂ ਨੂੰ ਜ਼ਰੂਰ ਬੇਨਤੀ ਕਰਾਂਗੇ, ਕਿਉਂਕਿ ਇਹਨਾਂ ਦਾ ਜਿਹੜਾ ਕੀਰਤਨ ਹੈ ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਨੂੰ ਆਪ ਜੀ ਸੁਣਦੇ ਹੀ ਹੋ, ਸੇਮ ਉਸ ਟਾਈਪ ਦਾ ਹੀ ਕੀਰਤਨ ਕਰਦੇ ਹਨ। ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ, ਆਪ ਸਾਰੀਆਂ ਸੰਗਤਾਂ ਦਾ ਵੀ, ਨਾਲ ਹੀ ਕੇਵਲ ਟੀਵੀ ਵਾਲੇ ਰਿੰਕੂ ਭਾਈ ਸਾਹਿਬ ਜਿਹੜੇ ਕਿ ਇੱਥੇ ਦਾ ਸਾਰਾ ਪ੍ਰੋਗਰਾਮ ਟੈਲੀਕਾਸਟ ਕਰਕੇ ਸਾਨੂੰ ਯੂਟਿਊਬ ਰਾਹੀਂ ਅਤੇ ਕੇਵਲ ਰਾਹੀਂ ਸਾਨੂੰ ਦੱਸਦੇ ਹਨ, ਮੈਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦੀ ਹਾਂ। ਸੋ ਮੈਂ ਬੇਨਤੀ ਕਰਾਂਗਾ ਕਿ ਇਸੀ ਤਰ੍ਹਾਂ ਜਦੋਂ ਵੀ ਗੁਰਪੁਰਬ ਹੋਵੇ, ਆਪ ਜੀ ਇਸੀ ਤਰ੍ਹਾਂ ਹੁਮੂ ਮਾ ਕੇ ਦਰਸ਼ਨ ਦੇ ਕੇ ਗੁਰੂ ਘਰ ਦੀ ਖੁਸ਼ੀਆਂ ਪ੍ਰਾਪਤ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ।
ਸਗਲ ਸਮਗਰੀ ਤੁਮਰੇ ਸੁਖਿ ਨਾਰੀ ਤੁਮਰੇ ਹੋਰੇ ਸੋ ਆਗਿਆਕਾਰੀ ਤੁਮਰੀ ਗਤ ਮਿਲ ਤੁਮਰੀ ਜਾਰੀ ਨਾਨਕ ਦਾਸ ਸਦਾ ਗੁਰਮਾਨੀ ਜੇ ਤੁਮਰੀ ਗਤ ਤੁਮਰੀ ਜਾਰੀ ਨਾਨਕ ਦਾਸ ਸਦਾ ਜਾਗੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਾਹਿਬ ਵਾਹਿਗੁਰੂ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਤ ਗੁਰੂ ਨਾਨਕ ਨਾਇਕ ਦੇ ਆਏ ਦਿਵੰਗਤ ਗੁਰਤੇ ਅਮਰਦਾਸ ਰਾਮ ਦਾਸਾਂ ਨੂੰ ਸਹਾਇ ਅਰਜਨ ਹਰਿ ਗੋਬਿੰਦ ਨੂੰ ਤੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੀਐ ਗਰ ਨਾ ਨਿੰਦਾ ਨਾ ਪਾਏ ਸ਼ਬਦਾਂ ਹੀ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸ਼ਬਦਾਂ ਹੀ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੇ ਕਾਰਨ ਧਿਆਨ ਦਰਕਰ ਗੁਰੂ ਜੀ ਅੱਜ ਆਪੇ ਆਏ ਆ ਚੋਲਾ ਸਾਹਿਬ ਜਾਂਦੇ ਆ ਚੱਲਦੇ ਆ ਮੁੱਕੇ ਆ ਹੱਡੇ ਆ ਜੱਪੀ ਆ ਤੱਪੀ ਆ ਜਿਨ੍ਹਾਂ ਨਾਮ ਜੱਪੇ ਆ ਵੰਡ ਕੇ ਛੱਕੇ ਆ ਦੇਖ ਚਲਾਈ ਤੇ ਕਵਾਈ ਦੇਖ ਕੇ ਅੰਡਿਡ ਕੀਤਾ ਤੇ ਨਾਭੇ ਆ ਰਹੇ ਆ ਸਚਿਆਰੀਆਂ ਦੀ ਕਮਾਈ ਦਾ ਧਿਆਨ ਦਰਕਰ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਦੇ ਸ਼ੀਸ਼ ਦਿੱਤੇ ਬੰਦ ਬੰਦ ਕਟਾਏ ਖੋਪੜੀਆਂ ਨਵਾਈਆਂ ਚੜਕੀਆਂ ਤੇ ਚੜੇ ਤਨ ਆਰਿਆਂ ਨਾਲ ਚਿਰਾਏ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਦਰਕਰ ਬੋਲੋ ਜੀ ਪੰਜਾਂ ਤਖਤਾਂ ਸਰਬਤ ਗੁਰਦੁਆਰਿਆਂ ਧਿਆਨ ਦਰਕਰ ਬੋਲੋ ਜੀ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿੱਤ ਆਵੇ ਚਿੰਤਾ ਮਨ ਕਾ ਸਤਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾਈ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਆ ਦੇਖ ਦੇਖ ਫਤਹਿ ਬ੍ਰਤ ਕੀ ਪੈਜ ਪੰਡ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾ ਦਾਨ ਭਰੋਸਾ ਦਾਨ ਧਨ ਸਿਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਗੂੰਗੇ ਜੁਗੋ ਜੁਗੋ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਦਾ ਮੰਨੀਵਾ ਮਤ ਉੱਚੀ ਮਤ ਪਤਾ ਰੱਖਾ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਹਿਤ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮਾ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੈ ਨਿਵਾਣੀਆਂ ਦੇ ਮਾਣ ਨਿਤਾਣੀਆਂ ਦੇ ਤਾਣ ਨੀ ਉੱਟੀਆਂ ਦੀ ਓਟ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਰਦਾਸ ਬੇਨਤੀ ਜੋੜੀ ਹੈ ਤੁਮ ਹੋ ਸਭ ਰਾਜਨ ਕੇ ਰਾਜਾ ਆਪੇ ਆਪ ਗਰੀਬ ਨਿਵਾਜਾ ਦਾਸ ਜਾਨ ਕਰ ਕਿਰਪਾ ਕਰੋ ਮੋਏ ਹਾਰ ਪਰਾ ਮੈਂ ਆਨ ਦੁਆਰ ਕੋਏ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਐਸੋ ਰਾਜ ਛੋਡ ਹੋਰ ਦੂਜਾ ਕੌਣ ਧਿਆਈ ਹੈ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਦਾ 357 ਪ੍ਰਕਾਸ਼ ਦਿਹਾੜਾ ਮਨਾਉਂਦੇ ਹੋਏ ਸਮੂਹ ਸੰਗਤਾਂ ਨੇ ਮਿਲ ਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਪਰਾਲਾ ਕੀਤਾ ਰਾਤਰੀ ਦੇ ਦੀਵਾਨ ਸਜਾਏ ਸਜੇ ਦੀਵਾਨਾਂ ਵਿੱਚ ਆਰਤੀ ਸਾਹਿਬ ਹਰੀ ਚਸ ਕੀਰਤਨ ਉਪਰੰਤ ਅਨੰਦ ਸਾਹਿਬ ਦੇ 6 ਕੋੜੀਆਂ ਦੇ ਜਾਪ ਹੋਏ ਬਾਣੀ ਪੜ੍ਹਦੇ ਹਾਂ ਬਾਣੀ ਸੁਣਦੇ ਹਾਂ ਕੀਰਤਨ ਗਾਇਨ ਕਰਦੇ ਹਾਂ ਸੇਵਾ ਕਰਦੇ ਹਾਂ ਅਨੇਕਾਂ ਪ੍ਰਕਾਰ ਦੀਆਂ ਪੁੱਲਾਂ ਚੁੱਕਾਂ ਵਿਧਵੀਆਂ ਹੋ ਗਈਆਂ ਹੋਣਗੀਆਂ ਅਣਜਾਣ ਬੱਚੇ ਸਮਝ ਕੇ ਮਾਫ ਕਰਨਾ ਪੜੀ ਸੁਣੀ ਬਾਣੀ ਸੱਚਖੰਡ ਕੇ ਪ੍ਰਵਾਨ ਕਰਨੀ ਪੜੀ ਸੁਣੀ ਬਾਣੀ ਦਾ ਪੁੰਨ ਫਲ ਸਮੂਹ ਸੰਗਤਾਂ ਨੂੰ ਸੇਵਾਦਾਰਾਂ ਨੂੰ ਬਖਸ਼ਿਸ਼
ਕਰਨਾ, ਖੇੜੇ ਬਖਸ਼ਿਸ਼ ਕਰਨੇ, ਖੁਸ਼ੀਆਂ ਬਖਸ਼ਿਸ਼ ਕਰਨੀਆਂ, ਆਪਣੇ ਚਰਨਾਂ ਨਾਲ ਜੋੜ ਕੇ ਰੱਖਣਾ, ਗੁਰੂ ਘਰ ਨਾਲ ਜੋੜ ਕੇ ਰੱਖਣਾ, ਬਾਣੀ ਨਾਲ ਜੋੜ ਕੇ ਰੱਖਣਾ, ਹਾਜ਼ਰੀ ਦਿੱਤੇ ਪ੍ਰਵਾਨ ਕਰਨੀ, ਅਰਦਾਸ ਦਿੱਤੇ ਪ੍ਰਵਾਨ ਕਰਨੀ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਆਪ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਂਦੇ ਹੋਏ ਸਮੂਹ ਸੰਗਤਾਂ ਵੱਲੋਂ ਕੜਾ ਪ੍ਰਸ਼ਾਦ ਦੇਗ ਵਾਸਤੇ ਮਾਇਆ ਅਰਦਾਸ ਬੇਟਾ, ਹੋਰ ਪ੍ਰਸਾਦ ਕੀਰਤਨ ਬੇਟਾ, ਗੁਰੂ ਘਰ ਦੀ ਬੇਟਾ ਹਾਜ਼ਰ ਹੈ। ਜਿਨ੍ਹਾਂ ਖਜ਼ਾਨੋ ਰਸਦ ਪਾਣੀ ਆਏ ਸੋ ਖਜ਼ਾਨੇ ਭਰਪੂਰ ਕਰਨੇ, ਕਾਲ ਕੱਟਾ ਦੋ ਕਰਨੇ, ਰਹਿਮਤਾਂ ਕਰਨੀਆਂ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ, ਗੁਰੂ ਘਰ ਦੀ ਸੇਵਾ ਦੀ ਦਾਤਾਂ ਬਖਸ਼ਣੀਆਂ, ਸਿਮਰਨ ਦੀ ਦਾਤਾਂ ਬਖਸ਼ਣੀਆਂ, ਬਾਣੀ ਦੀ ਦਾਤਾਂ ਬਖਸ਼ਣੀਆਂ, ਆਪਣੇ ਚਰਨਾਂ ਦੀ ਪ੍ਰੀਤ ਕਦਮ ਕਦਮ ਲੇਖੇ ਲਾਉਣੇ, ਰਹਿਮਤਾਂ ਕਰਨੀਆਂ ਅੱਗੇ ਵਾਸਤੇ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੂਹ ਸੰਗਤਾਂ ਨੂੰ, ਆਪ ਜੀ ਦਾ ਗੁਰਪੁਰਬ ਹੋਰ ਪ੍ਰਕਾਰ ਦਿਹਾੜੇ ਮਨਾਉਣ ਦਾ ਉਪਰਾਲਾ ਬਖਸ਼ਿਸ਼ ਕਰਨਾ, ਗੁਰਪੁਰਬ ਦੇ ਉਪਲਕਸ਼ ਵਿੱਚ ਸਮੂਹ ਸੰਗਤਾਂ ਵੱਲੋਂ ਤਨ ਮਨ ਧਨ ਦੇ ਨਾਲ ਸੇਵਾ ਹੋਈ, ਸਮੂਹ ਸੰਗਤਾਂ ਦੇ ਨਾਮ ਆਪ ਜਾਣੇ ਜਾਣ, ਬਰਕਤਾਂ ਬਖਸ਼ਿਸ਼ ਕਰਨੀਆਂ, ਵਾਧੇ ਬਖਸ਼ਿਸ਼ ਕਰਨੇ, ਆਪਣੇ ਚਰਨਾਂ ਦੀ ਪ੍ਰੀਤ ਬਖਸ਼ਿਸ਼ ਕਰਨੀ, ਖੁਸ਼ੀਆਂ ਬਖਸ਼ਿਸ਼ ਕਰਨੀਆਂ, ਬਿਮਾਰੀਆਂ ਦੂਰ ਕਰਨੀਆਂ, ਦੁੱਖ ਦੂਰ ਕਰਨੇ, ਅੰਗ ਸੰਗੋਖੇ ਕਿਰਪਾਲਤਾ ਕਰਨੀ, ਨਿਤਨੇਮ ਦੀ ਦਾਤਾਂ ਬਖਸ਼ਣੀਆਂ, ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਣਾ, ਬੱਚਿਆਂ ਨੂੰ ਗੁਰਸਿੱਖੀ ਦੀ ਦਾਤ ਗੁਰੂ ਘਰ ਨਾਲ ਜੋੜ ਕੇ ਰੱਖਣਾ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ, ਰਹਿਮਤਾਂ ਕਰਨੀਆਂ, ਅੰਗ ਸੰਗੋਖੇ ਕਿਰਪਾਲਤਾ ਕਰਨੀ। ਹੁਣ ਆਪ ਜੀ ਦੇ ਅਜੂਰੇ ਵਿੱਚ, ਆਪ ਜੀ ਦੇ ਖਜ਼ਾਨੇ ਵਿੱਚੋਂ ਸੰਗਤਾਂ ਪਾਸੋਂ ਪਵਿੱਤਰ ਕੜਾ ਪ੍ਰਸ਼ਾਦ ਦੇਗ ਉਪਰੰਤ ਹੋਰ ਪ੍ਰਸ਼ਾਦ ਹਾਜ਼ਰ ਹੈ, ਦਿੱਤੇ ਪ੍ਰਵਾਨ ਹੋ, ਪ੍ਰਵਾਨ ਹੋਇਆ ਪ੍ਰਸ਼ਾਦ ਸਮੂਹ ਸੰਗਤਾਂ ਹੀ ਵਰਤੇ, ਜੋ ਜੀ ਛਕੇ ਆਪ ਜੀ ਦਾ ਨਾਮ, ਸਤਨਾਮ ਸ੍ਰੀ ਵਾਹਿਗੁਰੂ ਨਾਮ ਜਪੇ। ਹੁਣ ਆਪ ਜੀ ਸੁੰਦਰ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ, ਹੁਕਮਨਾਮੇ ਤੇ ਚੱਲਣ ਤੇ ਸਮਰੱਥਾ ਬਖਸ਼ਿਸ਼ ਕਰਨੀ ਜੀ, ਜੋ ਜੀ ਆਪ ਜੀ ਦੇ ਦਰ ਤੇ ਆਵੇ, ਮਨੋ ਮੰਗੀਆਂ ਮੁਰਾਦਾਂ ਪਾਵੇ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਅੰਤਰ ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬਦਾ ਕਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਵਾਹਿਗੁਰੂ ਸਾਹਿਬ ਜੀਓ, ਪਟਨਾ ਸਹਿਰ ਵਿਖੇ ਭਵਨਿਓ, ਕਹੀਂ ਪ੍ਰਕਾਸ਼ ਹਮਾਰਾ ਭਇਓ, ਵਹ ਪ੍ਰਗਟਿਓ ਮਰਦੇ ਅਨਮੜਾ, ਵਰੀਆ ਮੇ ਕੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ, ਨਾਰਾਇਣ ਨਰਪਤ ਨਮਸਕਾਰੇ, ਐਸੇ ਗੁਰ ਕੋ ਮਨ ਬਦ ਜਾਈਐ, ਆਪ ਮੁਕਤ ਮੋਹਿ ਤਾਰੇ, ਸਗਲ ਦੁਆਰ ਕੋ ਛਾੜ ਕੇ ਗਇਓ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜ ਅਸ, ਗੋਬਿੰਦ ਦਾਸ ਤੁਹਾਰ, ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾ ਲੈ ਸਾਹੋ, ਜਿਸ ਪਾਸ ਬੈਠਿਆ ਸਭਨਾ ਦਾਵੇ ਸਾਹੋ, ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾਵੇ ਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸੋਰਠ ਮਹਲਾ ਪੰਜਵਾਂ, ਜਨਮ ਜਨਮ ਕੇ ਦੁੱਖ ਨਿਵਾਰੇ, ਸੁਕਾ ਮਨ ਸਾਧਾਰੇ, ਦਰਸ਼ਨ ਭੇਟਤ ਹੋਤ ਨਿਹਾਲਾ, ਹਰ ਕਾ ਨਾਮ ਵਿਚਾਰੇ, ਜਨਮ ਜਨਮ ਕੇ ਦੁੱਖ ਨਿਵਾਰੇ, ਸੁਕਾ ਮਨ ਸਾਧਾਰੇ, ਦਰਸ਼ਨ ਭੇਟਤ ਹੋਤ ਨਿਹਾਲਾ, ਹਰ ਕਾ ਨਾਮ ਵਿਚਾਰੇ, ਮੇਰਾ ਵੈਦ ਗੁਰੂ ਗੋਬਿੰਦ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੈ ਜਮ ਕੀ
ਫੰਦਾ ਰਹਾ ਸਮਰੱਥ ਪੁਰਖ ਪੂਰਨ ਵਿਧਾਤੇ ਆਪੇ ਕਰਨ ਹਰਾ ਆਪਣਾ ਦਾਸ ਹਰਿਆ ਪੁਬਾਰਿਆ ਨਾਨਕ ਨਾਮੇ ਧਾਰਾ ਸਮਰੱਥ ਪੁਰਖ ਪੂਰਨ ਵਿਧਾਤੇ ਆਪੇ ਕਰਨ ਹਰਾ ਆਪਣਾ ਦਾਸ ਹਰਿਆ ਪੁਬਾਰਿਆ ਨਾਨਕ ਨਾਮ ਅਧਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਐਸੋ ਰਾਜ ਛੋੜ ਹੋਰ ਦੂਜਾ ਕੌਣ ਧਿਆਈ ਹੈ ਗੁਰੂ ਨਾਨਕ ਦੀ ਦਸਵੀਂ ਜੋਤ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ 357 ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ ਸਾਰੀ ਸੰਗਤ ਨੂੰ ਲੱਖ ਲੱਖ ਵਾਰ ਵਧਾਈਆਂ ਅਤੇ ਅੱਗੇ ਵਾਸਤੇ ਵੀ ਬੇਨਤੀ ਹੈ ਕੋਈ ਵੀ ਗੁਰਪੁਰਬ ਆਉਂਦਾ ਹੈ ਉਹਦੇ ਵਿੱਚ ਚੜ੍ਹਦੀ ਕਲਾ ਵਿੱਚ ਹਾਜ਼ਰੀ ਲਗਾ ਕਰੋ ਜਦੋਂ ਕੋਈ ਕੀਰਤਨ ਦੀਵਾਨ ਸੱਜਦੇ ਹਨ ਰਾਗੀ ਜੱਥੇ ਬਾਹਰ ਤੋਂ ਆਉਂਦੇ ਹਨ ਜਦੋਂ ਅਗਰ ਟਾਈਮ ਹੁੰਦਾ ਹੈ ਉਸ ਸਮੇਂ ਗੁਰਦੁਆਰੇ 'ਚ ਬਹਿ ਕੇ ਕੀਰਤਨ ਵਿੱਚ ਹਾਜ਼ਰੀ ਲਗਾ ਕੇ ਗੁਰੂਆਂ ਦੀ ਖੁਸ਼ੀਆਂ ਪ੍ਰਾਪਤ ਕਰਿਆ ਕਰੋ ਇਹ ਬਹੁਤ ਹੀ ਵਡਵਾਂਗਾ ਦਿਹਾੜਾ ਹੈ ਜਿਹੜੇ ਤੁਸੀਂ ਹਾਜ਼ਰੀਆਂ ਲਗਾ ਰਹੇ ਹੋ ਕੜਾ ਪ੍ਰਸਾਦ ਦੇ ਵਰਤਨ ਤੋਂ ਬਾਅਦ ਬਾਹਰ ਚਾਹ ਪਾਣੀ ਦੇ ਪ੍ਰਸਾਦ ਹਨ ਸਾਰੀ ਸੰਗਤ ਨੂੰ ਬੇਨਤੀ ਹੈ ਤਿਲਕੂ ਬਿੱਟਾ ਛੱਕੇ ਜਾਣ ਐਤਵਾਰ ਨੂੰ ਓਲੀ ਗੁਰਦੁਆਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ ਹਨ ਓਲੀ ਗੁਰਦੁਆਰੇ ਦੀ ਕਮੇਟੀ ਵੱਲੋਂ ਬੇਨਤੀ ਐਤਵਾਰ ਉੱਥੇ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਨੀ 11 ਵਜੇ ਤੋਂ ਲੈ ਕੇ 2 ਵਜੇ ਤੱਕ ਕੀਰਤਨ ਦੀਵਾਨ ਉਸ ਤੋਂ ਬਾਅਦ ਗੁਰਦੁਆਰ ਟੁੱਟਣਗਰ ਸੋਮਵਾਰ 22 ਜਨਵਰੀ ਨੂੰ 1948 ਦਾ ਸ਼ਹੀਦੀ ਦਿਹਾੜਾ ਆ ਰਿਹਾ ਹੈ ਸ਼ਨੀਵਾਰ ਰਾਤ ਨੂੰ ਸਮੂਹ 12 ਚਨਾਬ ਬਰਾਦਰੀ ਵੱਲੋਂ 7:30 ਵਜੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ ਸੋਮਵਾਰ ਰਾਤ ਨੂੰ 7:30 ਵਜੇ ਭੋਗ 9:30 ਵਜੇ ਤੱਕ ਕੀਰਤਨ ਦੀਵਾਨ ਗੁਰਦੁਆਰ ਟੁੱਟਣਗਰ ਸਾਰੀ ਸੰਗਤ ਨੂੰ ਬੇਨਤੀ ਹੈ ਸੋਮਵਾਰ ਰਾਤ ਨੂੰ ਸ਼ਹੀਦੀ ਦਿਹਾੜੇ 'ਤੇ ਹਾਜ਼ਰੀਆਂ ਭਰਨੀਆਂ ਹਨ 12 ਜਨਾਨ ਬਰਾਦਰੀ ਦੇ ਪ੍ਰਧਾਨ ਸਾਹਿਬ ਸਕੱਤਰ ਸਾਹਿਬ ਵੱਲੋਂ ਬੇਨਤੀ ਹੈ ਕਿ ਸ਼ਮਸ਼ਾਨ ਘਾਟ ਵਿਖੇ ਕੰਮ ਚੱਲ ਰਿਹਾ ਹੈ ਉੱਥੇ ਵਾਸਤੇ ਜਿੰਨਾ ਵੀ ਹੋ ਸਕੇ ਮਾਇਆ ਦਾਨ ਕਰਕੇ ਆਪਣੀ ਹਾਜ਼ਰੀ ਲਗਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰੀਏ ਬਾਈ 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 ਕਰੀਏ ਬਾਈ